ਇੱਕ ਕਿੱਲੇ 'ਚ 202 ਦੇ 10 ਬੂਟੇ ਵੀ ਹੁੰਦੇ ਆ 20 ਵੀ ਹੁੰਦੇ ਆ। ਇਸ ਬੂਟੇ ਦੀ ਉਮਰ ਇਸ ਟਾਈਮ 3 ਸਾਲ 'ਚ ਜਾ ਰਿਹਾ ਕਿ ਇੱਕ ਬੂਟੇ ਨੂੰ 6 ਛੱਲ ਜਿਹੜੇ ਲੱਥ ਗਏ ਆ। ਇਹ 700 ਤੋਂ ਲੱਗ ਕੇ 1000 ਤੀਕਰ 900 ਤੱਕ 1100 ਤੱਕ ਵੀ ਜਾ ਸਕਦਾ ਹੈ। हाउस बिल्ला मेरे शैतान वाली बिस्मिल्लाहिर्रहमानिर्रहीम। आज हम आपको विज़िट करवाएंगे लेमन ऑर्चर्ड यानी लीमों के बाग का, और उसके मालिक से हम इंफॉर्मेशन लेंगे कि लीमों के बाग को लगाने का क्या तरीका है, कितने पौधे होते हैं एक एकड़ के अंदर, उसकी प्रोडक्ट कहाँ पे मार्केट की जाती है, और उसकी निगहदाश्त में कौन कौन से स्टेप्स हैं। ये जो अभी आप फसल देख रहे हैं ये गंदम की फसल है। ये लेफ्ट साइड वाली जो फसल है ये धनिया है, धनिया की फसल है। और चोरी की हाल है, और ਨਿੰਬੂਆਂ ਦੀ ਤਸਵੀਰ ਚਾਨਾ ਪਹੁੰਚ ਜਾਊਗੀ ਚਾਚਾ, ਤੁਸੀਂ ਉਰੇ ਆਈਓ ਇੱਕ ਮਿੰਟ, ਆਓ ਚਾਚਾ, ਆਪਾਂ ਗੱਪ ਕਰ ਲਈਏ, ਮਾੜੀ ਜੀ ਗੱਪ ਲਾ ਲਈਏ, ਬਹਿ ਜਾਓ ਭਾਵੇਂ ਇੱਥੇ ਹੀ ਬਹਿ ਜਾਓ। ਅਤੇ ਆਹ ਨਿੰਬੂ ਜਿਹੜੇ ਆ ਇਹ ਕਿੰਨੇ ਪੈਲੀ ਆ ਤੁਹਾਡੇ ਕੋਲ ਇੱਥੇ? ਇੱਥੇ ਸਾਡੇ ਕੋਲ ਜੀ 1 ਕਿੱਲਾ ਆ। 1 ਕਿੱਲਾ ਨਿੰਬੂਆਂ ਦਾ? ਹਾਂਜੀ। ਤੇ 1 ਕਿੱਲੇ ਦੇ ਵਿੱਚ ਕਿੰਨੇ ਬੂਟੇ ਆ? 1 ਕਿੱਲੇ 'ਚ 202 ਦੇ 10 ਬੂਟੇ ਵੀ ਹੁੰਦੇ ਆ, 20 ਵੀ ਹੁੰਦੇ ਆ। 210 ਬੂਟੇ ਵੀ ਹੁੰਦੇ ਆ ਤੇ 220 ਵੀ ਹੁੰਦੇ ਆ, ਸਹੀ। ਤੇ ਇਹ ਜਿਹੜਾ 1 ਕਿੱਲਾ ਬਾਗ ਆ ਤੁਹਾਡੇ ਕੋਲ ਨਿੰਬੂਆਂ ਦਾ, ਇਹ ਬੂਟੇ ਦੀ ਉਮਰ ਕਿੰਨੀ ਹੋ ਗਈ ਆ? ਇਸ ਬੂਟੇ ਦੀ ਉਮਰ ਇਸ ਟਾਈਮ 3 ਸਾਲ 'ਚ ਜਾ ਰਿਹਾ ਜੀ। 3 ਸਾਲ 'ਚ ਜਾ ਰਿਹਾ? ਤੇ ਇਹਨੇ ਫਲ ਪਹਿਲੇ ਸਾਲ ਹੀ ਚੱਕਣਾ ਸ਼ੁਰੂ ਕਰਤਾ ਸੀਗਾ ਜਾਂ 3 ਸਾਲ ਆ ਕੇ ਚੱਕਣਾ? 3 ਸਾਲ ਚੱਕਣਾ ਸ਼ੁਰੂ ਕੀਤਾ ਆਸਤਾ ਆਸਤਾ। ਸਹੀ ਹੈ। ਤੇ ਹੁਣ ਇਸ ਟਾਈਮ ਇਹ 1 ਬੂਟਾ ਕਿੰਨਾ ਫਲ ਲਾਉਂਦਾ? ਇਹ ਤਕਰੀਬਨ ਐਸਟੀਮੇਟ ਇਹਦਾ ਹੁੰਦਾ ਆ ਬਈ 3 ਤੜਾਈਆਂ ਹੋ ਗਈਆਂ ਨੇ। 3 ਤੜਾਈਆਂ ਹੋ ਗਈਆਂ? ਹਾਂਜੀ, ਯਾਨੀ ਕਿ 1 ਬੂਟੇ ਨੂੰ 6 ਛੱਲ ਜਿਹੜੇ ਲੱਥ ਗਏ ਆ। 1 ਬੂਟੇ ਨਾਲੋਂ 6 ਛੱਲ ਲੱਥੇ? ਹਾਂਜੀ। ਤੇ 1 ਛੱਲ ਦੇ ਅੰਦਰ ਕਿੰਨਾ ਮਾਲ ਹੁੰਦਾ ਜਾਂ ਕਿੰਨਾ ਵਜ਼ਨ ਹੁੰਦਾ 1 ਛੱਲ ਦਾ? 1 ਛੱਲ ਦੇ ਤਕਰੀਬਨ 20-30 ਕਿਲੋ ਤੱਕ ਹੁੰਦੇ ਆ। 20-30 ਕਿਲੋ ਤੱਕ 1 ਛੱਲ ਦੇ ਅੰਦਰ ਨਿੰਬੂ ਪੈ ਜਾਂਦਾ। ਹਾਂਜੀ। ਤੇ 1 ਬੂਟਾ 6 ਛੱਲ ਦਿੰਦਾ 1 ਸੀਜ਼ਨ ਦੇ ਵਿੱਚ? ਜ਼ਿਆਦਾ ਵੀ ਦੇ ਜਾਂਦਾ ਹੈ। ਜ਼ਿਆਦਾ ਵੀ ਦੇ ਜਾਂਦਾ? ਹਾਂਜੀ, ਸਹੀ ਆ। ਤੇ 1 ਛੱਲ ਕਿੰਨੇ ਦਾ ਵਿਕਦਾ ਹੈ? ਇਹ ਮੁਖਤਲਿਫ ਰੇਟ ਹੁੰਦੇ ਆ ਜੀ, ਮੰਡੀ ਦੇ ਰੇਟ ਦਾ ਹਿਸਾਬ ਹੁੰਦਾ ਹੈ। ਸਹੀ ਆ। ਤਕਰੀਬਨ ਇਸ ਸੀਜ਼ਨ ਦੇ ਵਿੱਚ 2021 ਦੇ ਵਿੱਚ 1 ਛੱਲ ਕਿੰਨੇ ਦਾ ਵਿਕਣ ਡਿਆ ਹੋਇਆ? ਇਹ 700 ਤੋਂ ਲੱਗ ਕੇ 1000 ਤੀਕਰ 900 ਤੱਕ 1100 ਤੱਕ ਵੀ ਜਾ ਸਕਦਾ ਹੈ। ਸਹੀ ਹੈ। ਇਹਦਾ ਮਤਲਬ ਆ ਕਿ 1000 ਕੁ ਤੀਕਰ ਐਵਰੇਜ 1000 ਤੀਕਰ ਚੱਲ ਜਾਂਦਾ, 700 ਤੋਂ 1000 ਤੀਕਰ 1 ਛੱਲ ਚੱਲ ਜਾਂਦਾ। ਹਾਂਜੀ। ਤੇ 1 ਛੱਲ 'ਚ ਨਿੰਬੂ ਕਿੰਨੇ ਪੈਂਦੇ? 1 ਛੱਲ 'ਚ 27 ਕਿਲੋ ਨਿੰਬੂ। 27 ਕਿਲੋ ਨਿੰਬੂ ਪੈਂਦਾ? ਹਾਂਜੀ, 30 ਕਿਲੋ ਵਜ਼ਨ ਇਹਦਾ ਹੁੰਦਾ ਜੀ, 3 ਕਿਲੋ ਜਿਹੜਾ ਛੱਲ ਦਾ ਵਜ਼ਨ ਨਿਕਲ ਜਾਂਦਾ। ਸਹੀ। ਤੇ ਤੁਹਾਡੇ ਕੋਲ 1 ਕਿੱਲਾ ਜਿਹੜਾ ਜਾਂ 1 ਏਕੜ ਬਾਗ ਆ ਜਿਹੜਾ, ਇਹ ਠੇਕੇ 'ਤੇ ਆ ਜਾਂ ਤੁਸੀਂ ਆਪ ਲਾਇਆ ਹੋਇਆ? ਠੇਕੇ 'ਤੇ ਆ ਜੀ। ਠੇਕੇ 'ਤੇ ਆ? ਤੇ ਠੇਕਾ ਕਿੱਦਾਂ ਦਿੰਦੇ ਹੋ? ਛਮਾਹੀ ਦਾ ਠੇਕਾ ਹੁੰਦਾ ਬਾਗ ਦਾ ਜਾਂ ਤੜਾਈ ਦਾ ਹੁੰਦਾ ਜਾਂ ਸਾਲ ਸਾਲ ਦਾ ਹੁੰਦਾ? ਸਾਲ ਸਾਲ ਦਾ ਹੁੰਦਾ ਜੀ। ਸਾਲ ਸਾਲ ਦਾ ਠੇਕਾ? ਹਾਂਜੀ। ਤੇ 1 ਏਕੜ ਦਾ ਚੰਗੇ ਬਾਗ ਦਾ ਕਿੰਨਾ ਕੁ ਠੇਕਾ ਹੁੰਦਾ? ਤਕਰੀਬਨ 2-2.5 ਲੱਖ ਤੱਕ, 3 ਲੱਖ ਤੱਕ ਦੇ ਵਿੱਚ। 3 ਲੱਖ ਤੱਕ ਵੀ ਚੱਲ ਜਾਂਦਾ ਠੇਕਾ? ਹਾਂਜੀ। ਸਹੀ।
ਤੇ ਇੱਕ ਏਕੜ ਦੀ ਜਿਹੜੀ ਤੁਸੀਂ ਚੁਣਾਈ ਕਰਦੇ ਜਾਂ ਤੜਾਈ ਕਰਦੇ ਨਿੰਬੂਆਂ ਦੀ, ਉਹ ਇੱਕ ਦਿਨ ਚ ਹੀ ਮੁਕੰਮਲ ਹੋ ਜਾਂਦੀ ਆ ਜਾਂ ਉਹਦੇ ਉੱਤੇ ਟਾਈਮ ਲਾਉਂਦੇ ਜੇ? ਯਾਨੀ ਕਿ ਇੱਕ ਏਕੜ ਦੇ ਵਿੱਚ ਸਾਨੂੰ ਇੱਕ ਹਫ਼ਤਾ ਵੀ ਲੱਗ ਸਕਦਾ, ਸਹੀ ਹੈ, 10 ਦਿਨ ਵੀ ਲੱਗ ਸਕਦੇ ਆ, ਸਹੀ ਹੈ, 10 ਦਿਨ ਤੋਂ ਉੱਤੇ ਵੀ ਜਾ ਸਕਦਾ ਹੈ, ਸਹੀ ਹੈ। ਯਾਨੀ ਕਿ ਐਵਰੇਜ ਇੱਕ ਏਕੜ ਦੀ ਅਗਰ ਇੱਕ ਪਾਸਿਓਂ ਤੜਾਈ ਕਰਨੀ ਸ਼ੁਰੂ ਕਰੀਏ ਤੇ 7-8 ਬੰਦੇ ਵੀ ਲੱਗ ਜਾਣ ਨਾਲ, ਤੇ ਇੱਕ ਹਫ਼ਤੇ ਦੇ ਵਿੱਚ ਬੰਦਾ ਦੂਸਰੇ ਪਾਸੇ ਚੱਲ ਜਾਂਦਾ, ਯਾਨੀ ਕਿ ਇੱਕ ਏਕੜ ਦੀ ਇੱਕ ਹਫ਼ਤੇ ਦੇ ਵਿੱਚ ਤੜਾਈ ਮੁਕੰਮਲ ਹੁੰਦੀ ਹੈ। ਸਹੀ ਹੈ। ਤੇ ਇਹ ਤੁਸੀਂ ਮਾਲ ਤੋੜ ਕੇ ਕਿੱਥੇ ਲੈ ਕੇ ਜਾਂਦੇ ਜੇ ਵੇਚਣ ਵਾਸਤੇ? ਲਾਹੌਰ, ਫੈਸਲਾਬਾਦ, ਪਿੰਡੀ, ਪਿਸ਼ਾਵਰ, ਕੋਟਾ, ਕਰਾਚੀ। ਯਾਨੀ ਕਿ ਪਾਕਿਸਤਾਨ ਦੀਆਂ ਵੱਡੀਆਂ ਮੰਡੀਆਂ 'ਚ ਲੈ ਕੇ ਜਾਂਦੇ ਜੇ, ਛੋਟੀਆਂ ਕਸਬਿਆਂ ਦੀਆਂ ਜਾਂ ਪਿੰਡਾਂ ਦੀਆਂ ਮੰਡੀਆਂ 'ਚ ਨਹੀਂ ਜਾਂਦਾ, ਵੱਡੀ ਮੰਡੀ 'ਚ ਜਾਂਦਾ? ਵੱਡੀ ਮੰਡੀ 'ਚ ਜਾਂਦਾ, ਛੋਟੀਆਂ ਮੰਡੀ 'ਚ ਜਾਂਦਾ, ਕੋਈ ਐਵੇਂ 2-4 ਕਿਲੋ 5 ਕਿਲੋ ਧੜੀ ਧੁੜੀ ਵਾਲੇ। ਸਹੀ ਸਹੀ ਸਹੀ। ਤੇ ਤੁਹਾਡਾ ਕੀ ਨਾਮ ਆ? ਖਾਦਮ ਹੁਸੈਨ। ਖਾਦਮ ਹੁਸੈਨ, ਤੇ ਕਿੱਥੇ ਦੇ ਰਿਹਾਇਸ਼ੀ ਹੋ? ਭੋਲਾ ਚੱਕ ਨੰਬਰ 178। ਭੋਲਾ ਚੱਕ 178, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਨਨਕਾਣਾ। ਸਹੀ ਹੈ, ਚਲੋ ਠੀਕ ਹੈ ਜਨਾਬ। ਆਓ ਅਜੇ, ਕਿਉਂਕਿ ਹੈਗੀ ਵੀ ਛੋਟੀ ਆ, ਉਹਦਾ ਨਾੜੂ ਜਿਹੜਾ ਪੱਕਾ ਨਹੀਂ ਅਜੇ, ਉਹ ਉੱਠ ਪੈਣੀ ਆ। ਹਾਂਜੀ, ਸਲਾਮ ਕਰਿਆ ਕਰਨੇ ਨੂੰ ਮੈਂ ਜਾਂਦਾ ਤਾਂ ਕੋਈ ਪਤਾ ਨਹੀਂ, ਤੋਲ ਕੇ ਇੱਥੋਂ ਲੈ ਗਿਆ ਸੀ ਅੱਜ ਇਹਨਾਂ ਡੱਲੇ ਵਾਲੇ ਤੋਂ ਬਣਾਉਂਦੇ ਹੈ। ਅੱਜ ਦਾ ਜੋ ਰੇਟ ਹੋਊਗਾ ਲੱਗ ਜਾਊਗਾ, ਸ਼ਾਮ 'ਤੇ ਪਤਾ ਲੱਗ ਜਾਣਾ ਰੇਟ ਦਾ। ਕਹਿੰਦਾ ਹੁਣ ਸ਼ੁਰੂ ਹੋਇਆ ਜਾਣਾ। ਇਹ ਗ੍ਰੇਡਿੰਗ ਹੋ ਰਹੀ ਹੈ ਨਾ ਇਹਦੀ, ਛੋਟੇ ਵੱਡੇ ਲਹਿਰਾ ਲਹਿਰਾ ਹੋ ਰਹੀ ਹੈ। ਅੱਗੇ ਇੱਕ ਦਿਨ ਆਇਆ ਘਰੇ, ਬਾਗ ਦੀ ਤਸਵੀਰ ਕੱਢ ਕੇ ਲੈ ਕੇ ਗਿਆ। ਕੋਈ ਮਿਸ਼ਨ ਤੇ ਨਹੀਂ ਲਗਾਉਣੇ ਦਾ ਕਿੱਥੇ? ਨਹੀਂ ਨਹੀਂ ਨਹੀਂ, ਜੇ ਲਵਾਇਆ ਤਾਂ ਤੁਹਾਡੇ ਕੋਲ ਲਵਾਵਾਂਗੇ, ਟੈਨਸ਼ਨ ਨਾ ਲਓ। ਇਹ ਕੰਮ ਵੀ ਸਾਡਾ ਹੀ, ਅਸੀਂ ਲਾਉਂਦੇ ਇਹਨੂੰ। ਆਪਣਾ ਇੱਕ ਬੇਲੀ ਹੈਗਾ ਵਾ ਸ਼ਰਕਪੁਰ ਦਾ, ਹਾਂਜੀ, ਨਿੰਬੂਆਂ ਦਾ, ਤੇ ਆਪਣਾ ਇਹਦਾ ਜਿਹੜਾ ਨਾ ਅਮਰੂਦਾਂ ਦਾ ਬਾਗ, ਉਹ ਲਾ ਕੇ ਦੇ ਕੇ ਜਾਂਦਾ ਤੇ ਗਰੰਟੀ ਨਾਲ ਲਾ ਕੇ ਦੇ ਕੇ ਜਾਂਦਾ। ਤੇ ਉਹ ਪੜ੍ਹਿਆ ਲਿਖਿਆ ਮੁੰਡਾ, ਉਹ ਐਵੇਂ ਨੀਗਾ, ਉਹ ਕੀ ਕਹਿੰਦੇ ਹੁੰਦੇ ਫਰਲੂ ਟਾਈਮ ਨੀਗਾ, ਉਹ ਪੂਰੇ ਐਨ ਤਰੀਕੇ ਦੇ ਨਾਲ। ਸ਼ਰਕਪੁਰ ਤਾਂ ਇਸ ਮਾਮਲੇ ਚ ਬਹੁਤ ਮਸ਼ਹੂਰ ਹੋ ਗਿਆ ਨਾ, ਆਹ ਬਾਗਾਂ ਦੇ ਸਿਲਸਿਲੇ ਚ, ਪਨੀਰੀਆਂ ਦੇ ਸਿਲਸਿਲੇ ਚ। ਅਸੀਂ ਵੀ ਕੰਮ ਉੱਥੋਂ ਸਿੱਖਿਆ, ਮੇਰਾ ਸਾਡਾ ਜਵਾਈ ਆ ਉੱਥੇ ਸ਼ਰਕਪੁਰ। ਅੱਛਾ 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 ਅੱਛਾ, ਤੁਹਾਡੀ ਰਿਸ਼ਤੇਦਾਰੀ ਆ ਉੱਥੇ? ਹਾਂਜੀ, ਉਹ ਵੀ ਪਨੀਰੀਆਂ ਦੇ ਕੰਮ ਕਰਦੇ ਆ, ਅਮਰੂਦਾਂ ਦੀ ਪਨੀਰੀ ਤਿਆਰ ਕਰਦੇ, ਨਿੰਬੂਆਂ ਦੀ ਤਿਆਰ ਕਰਦੇ। ਕੋਈ ਕੋਈ ਜ਼ਰੂਰੀ ਨਹੀਂ ਗਾ, ਪੱਤੋ ਤੋਂ ਪਨੀਰੀ ਬੜੀ ਬੜੀ ਅਲੋਕਾਰ ਆ। ਉਹ ਪੱਤੋ ਕੀ ਤੋਂ ਵੀ ਬਹੁਤ, ਪੱਤੋ ਕੀ ਫੁੱਲਾਂ ਦੇ ਹਵਾਲੇ ਨਾਲ ਬਹੁਤ ਮਸ਼ਹੂਰ ਆ। ਬਾਗ ਲਵਾਏ ਪੱਤੋ ਕੀ ਤੋਂ। ਸਹੀ ਗੱਲ ਆ, ਪਹਿਲਾਂ ਪੱਤੋ ਕੀ ਹੁੰਦਾ ਸੀ? ਇਸ ਟਾਈਮ ਦਾ ਜੇ ਤੇ ਖੇਚਲ ਕਰਨੀ ਹੈ ਨਾ, ਜਦ ਕੋ ਰਖਵਾ ਹੈ ਜ਼ਿਆਦਾ ਜ਼ਿਆਦਾ ਤੋਂ ਜ਼ਿਆਦਾ ਗੁਲਾਬ। ਬੈਸਟ ਆ ਨਾ, ਕਿਆ ਬਾਤ, 8000 ਨੂੰ ਮਨ ਵੇ ਗੁਲਾਬ ਵੇਖਦਾ ਜੀ। ਅੱਛਾ ਜੀ, ਹਾਂਜੀ, ਤੇ ਮਰਮਾਂ ਦੇ ਵਿੱਚ ਆ ਕੇ ਗੁਲਾਬ ਸ਼ਾਟ ਹੋ ਜਾਂਦਾ, ਗੁਲਾਬ ਲੱਭਦੇ ਨਹੀਂ। ਫਿਰ ਲਾ ਲਈਏ ਕੋਈ ਕਨਾਲ ਪਨੀਰੀ। ਆਏ ਆਪ ਲੋਗੋਂ ਕੋ ਵਿਜ਼ਿਟ ਕਰਵਾਤੇ ਹੈ ਨੀਮੂ ਕੇ ਬਾਗ ਕਾ। ਆਪ ਦੇਖ ਸਕਤੇ ਹੈ ਕਿ ਨੀਮੂ ਕਾ ਬਾਗ ਕੀ ਜੋ ਫਸਲ ਹੈ, ਨਾ ਸਿਰਫ ਜ਼ਮੀਨ ਕੇ ਅੰਦਰ ਨੀਮੂ ਕੇ ਬਾਗ ਕੀ ਫਸਲ ਹੈ, ਬਲਕਿ ਇਨ ਲੋਗੋਂ ਨੇ ਗੰਦਮ ਕੀ ਫਸਲ ਵੀ ਕਾਸ਼ਤ ਕੀ ਹੋਈ ਹੈ ਬਾਗ ਕੇ ਅੰਦਰ ਹੀ। ਇਸ ਸਟੇਜ ਪੇ ਆਪ ਦੇਖ ਸਕਤੇ ਹੈ ਕਿ ਜਬ ਲੀਮੂ ਹਾਰਵੈਸਟ ਕਰੇਂਗੇ ਤੋ ਗੰਦਮ ਕੀ ਫਸਲ ਵੀ ਨੀਚੇ ਸੇ ਖਰਾਬ ਹੋਗੀ, ਲੇਕਿਨ ਜਿਸ ਸਟੇਜ ਪੇ ਇਸ ਵਕਤ ਗੰਦਮ ਕੀ ਫਸਲ ਹੈ, ਇਹ ਖਰਾਬ ਨਹੀਂ ਹੋਗੀ, ਇਹ ਦੁਬਾਰਾ ਫਿਰ ਸਹੀ ਹੋ ਜਾਏਗੀ, ਕਿਉਂਕਿ ਇਸਕਾ ਜੋ ਸਟੈਮ ਹੈ ਅਭੀ ਹਾਰਡ ਨਹੀਂ ਹੁਆ ਹੁਆ। ਇਹ ਦੇਖੇ ਇਸਕੇ ਉੱਪਰ ਫਰੂਟਿੰਗ ਹੋਈ ਹੋਈ ਹੈ ਲੈਮਨ ਕੀ। ਇਹ ਸਾਥ ਸਾਥ ਨੀਮੂ ਕਾ ਬਾਗ ਔਰ ਉਸਕੇ ਅੰਦਰ ਗੰਦਮ ਕੀ ਕਾਸ਼ਤ ਕੀ ਗਈ ਹੈ।
माशाल्लाह पौधे भरे पड़े हैं लीमू से, फ्रूटिंग बहुत अच्छी हुई हुई है और आप देख सकते हैं कि फ्रूट का साइज़ कितना बड़ा है, लेमन का साइज़ कितना बड़ा बड़ा है।